ਮਾਲ ਇਸ ਜ਼ਮੀਨ ਵਿੱਚ ਉਹਨਾਂ ਮਕਈ ਕਾਸ਼ਟ ਕੀਤੀ ਹੋਈ ਹੈ ਵੰਡਾ ਬਣਾਉਣ ਵਾਸਤੇ ਅਤੇ ਉਹ ਹਲ ਚਲਾ ਰਿਹਾ ਅਤੇ ਦੂਜੀ ਵਾਰੀ ਹਲ ਚੱਲ ਰਿਹਾ ਪਹਿਲੀ ਵਾਰੀ ਇੱਕ ਦਫਾ ਹਲ ਚੱਲ ਚੁੱਕਾ ਅਤੇ ਉਹਦੀ ਤੁਹਾਨੂੰ MF 350 ਦੀ ਪਰਫਾਰਮੈਂਸ ਚੈੱਕ ਕਰਾਉਂਦੇ ਹਾਂ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ ਦੋਸਤੋ ਮੇਰੇ ਚੈਨਲ ਟਰੈਕਟਰ ਵਲੌਗ ਤੋਂ ਸਾਰਿਆਂ ਨੂੰ ਖੁਸ਼ਾਮਦੀਦ ਦੋਸਤੋ ਜਿਹੜੀ ਸਾਡੀ ਅੱਜ ਦੀ ਵੀਡੀਓ ਹੈ ਜੀ ਉਹ ਆਪਣੇ ਭਾਈ ਹਨ ਮਤਲਬ ਕਿ ਰਿਸ਼ਤੇਦਾਰ ਹਨ ਅਤੇ ਉਹਨਾਂ ਲਈ ਆ ਜੀ MF 385 ਮਾਡਲ ਤਾਂ ਮੈਨੂੰ ਅੰਦਾਜ਼ਾ ਨਹੀਂ ਹੈ ਅਤੇ ਉਹ ਇਹ ਹਲ ਚਲਾ ਰਿਹਾ ਯਾਰ ਵਾਲਾ ਹਲ ਇਸ ਜ਼ਮੀਨ ਵਿੱਚ ਉਹਨਾਂ ਮਕਈ ਕਾਸ਼ਟ ਕੀਤੀ ਹੋਈ ਹੈ ਵੰਡਾ ਬਣਾਉਣ ਵਾਸਤੇ ਅਤੇ ਉਹ ਹਲ ਚਲਾ ਰਿਹਾ ਅਤੇ ਦੂਜੀ ਵਾਰੀ ਹਲ ਚੱਲ ਰਿਹਾ ਪਹਿਲੀ ਵਾਰੀ ਇੱਕ ਦਫਾ ਹਲ ਚੱਲ ਚੁੱਕਾ ਅਤੇ ਉਹਦੀ ਤੁਹਾਨੂੰ MF 385 ਦੀ ਪਰਫਾਰਮੈਂਸ ਚੈੱਕ ਕਰਾਉਂਦੇ ਹਾਂ ਵੀਡੀਓ ਸ਼ੁਰੂ ਤੋਂ ਲੈ ਅਤੇ ਐਂਡ ਤਾਈਂ ਵੇਖਣੀ ਅੱਛੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨੀ ਅਤੇ ਮਜ਼ੀਦ ਦੀ ਜੀ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਹੀ ਬੈਲ ਦੇ ਆਈਕਨ ਨੂੰ ਲਾਜ਼ਮੀ ਪ੍ਰੈਸ ਕਰਨਾ ਯਾਰ ਫਲ ਹਲ ਹੈ ਪਿੱਛੇ ਦੇ ਇਹਦੇ ਪਰ ਟਰੈਕਟਰ ਕਿਤਨਾ ਔਖਾ ਹੋ ਰਿਹਾ ਇਹ ਬਾਈ ਜਿਹੜੀ ਤ੍ਰੀਜੇ ਲੋਅ ਵਿੱਚ ਚਲਾ ਰਹੇ ਬਾਈ ਤਾਂ ਨਹੀਂ ਸਾਡੇ ਤਾਂ ਚਾਚੇ ਲੱਗਦੇ ਨੇ ਤ੍ਰੀਜੇ ਲੋਅ ਦੇ ਵਿੱਚ ਚਲਾ ਰਹੇ ਜ਼ਮੀਨ ਕਾਫੀ ਸਖਤ ਹੈ ਤੱਲਾ ਵੇ ਇਹਦੇ ਪਰ ਵਿੱਚ ਘਾਹ ਜਮੇ ਹੋਏ ਇਹ ਵੱਟੀਆਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿਤਨੀ ਸਖਤ ਜ਼ਮੀਨ ਹੈ ਲੇਕਿਨ ਦੂਜੇ ਵਾਰੀ ਹਲ ਚੱਲ ਰਿਹਾ ਹਾਲਾਂਕਿ ਦੂਜੇ ਵਾਰੀ ਤਾਂ ਬੜਾ ਨਰਮ ਹੋ ਗਿਆ ਹੋਣਾ ਠੀਕ ਹੈ ਜੀ ਦੋਸਤੋ ਫਾਮਸ ਕੀ ਹੈ ਜੀ ਲੱਗੀ ਸਾਨੂੰ ਕਮੈਂਟ ਲਾਜ਼ਮੀ ਦੱਸਣਾ ਅਤੇ ਅੱਛੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਮਜ਼ੀਦ ਜੀ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਹੀ ਬੈਲ ਦੇ ਆਈਕਨ ਨੂੰ ਲਾਜ਼ਮੀ ਪ੍ਰੈਸ ਕਰਨਾ ਅਤੇ ਠੀਕ ਹੈ ਇਨਸ਼ਾਅੱਲਾ ਅਗਲੀ ਵੀਡੀਓ ਮੁਲਾਕਾਤ ਹੋਸੀ ਇਤਨੇ ਤਾਈਂ ਖੁਦਾ ਹਾਫਿਜ਼।